ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਨੇ ਵੀਰਵਾਰ ਨੂੰ ਰੂਸ ਦੇ ਉਹਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਕਿ ਅਮਰੀਕਾ ਭਾਰਤ ਦੀਆਂ ਚੋਣਾਂ 'ਚ ਦਖਲ ਦੇ ਰਿਹਾ ਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ 'ਚ ਕਿਹਾ ਬਿਲਕੁਲ ਨਹੀਂ ਅਸੀਂ ਭਾਰਤ 'ਚ ਚੱਲ ਰਹੀਆਂ ਚੋਣਾਂ ਜਾਂ ਦੁਨੀਆ 'ਚ ਕਿਤੇ ਵੀ ਹੋਰ ਚੋਣਾਂ 'ਚ ਸ਼ਾਮਲ ਨਹੀਂ ਆਂ ਭਾਰਤ ਦੇ ਲੋਕ ਫੈਸਲਾ ਕਰਨਗੇ ਦਰਅਸਲ ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਮਾਸਕੋ ਚ ਕਿਹਾ ਸੀ ਕਿ ਅਮਰੀਕਾ ਭਾਰਤ ਦੇ ਘਰੇਲੂ ਮਾਮਲਿਆਂ ਅਤੇ ਮੌਜੂਦਾ ਚੋਣਾਂ 'ਚ ਦਖਲ ਦੇ ਰਿਹਾ ਹੈ ਵਾਸ਼ਿੰਗਟਨ ਪੋਸਟ 'ਚ ਹਾਲ ਹੀ 'ਚ ਛਪੇ ਇੱਕ ਲੇਖ 'ਚ ਇਲਜ਼ਾਮ ਲਾਇਆ ਗਿਆ ਸੀ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ ਦਾ ਇੱਕ ਅਧਿਕਾਰੀ ਅਮਰੀਕੀ ਧਰਤੀ 'ਤੇ ਵੱਖਵਾਦੀ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਦੇ ਕਥਿਤ ਤੌਰ 'ਤੇ ਸ਼ਮੂਲੀਅਤ 'ਚ ਸੀ ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਮਾਸਕੋ ਦੇ ਪੱਤਰਕਾਰਾਂ ਨੂੰ ਕਿਹਾ ਅਮਰੀਕਾ ਲਗਾਤਾਰ ਨਵੀਂ ਦਿੱਲੀ ਤੇ ਬੇਬੁਨਿਆਦ ਦੋਸ਼ ਲਗਾ ਰਿਹਾ ਏ ਅਸੀਂ ਵੇਖਦੇ ਹਾਂ ਕਿ ਉਹ ਨਾ ਸਿਰਫ ਭਾਰਤ ਬਲਕਿ ਕਈ ਹੋਰ ਦੇਸ਼ਾਂ ਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਦਾ ਬੇਬੁਨਿਆਦ ਦੋਸ਼ ਲਗਾਉਂਦੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਭਾਰਤ ਦੀ ਰਾਸ਼ਟਰੀ ਸੋਚ ਨੂੰ ਨਹੀਂ ਸਮਝਦਾ ਭਾਰਤ ਦੇ ਵਿਕਾਸ ਦੇ ਇਤਿਹਾਸਕ ਪ੍ਰਸੰਗ ਨੂੰ ਨਹੀਂ ਸਮਝਦਾ ਤੇ ਇੱਕ ਦੇਸ਼ ਦੇ ਤੌਰ ਤੇ ਭਾਰਤ ਦਾ ਸਨਮਾਨ ਨਹੀਂ ਕਰਦਾ ਰੂਸੀ ਬੁਲਾਰੇ ਨੇਸ ਨੂੰ ਅਮਰੀਕਾ ਦੀ ਬਸਤੀਵਾਦੀ ਮਾਨਸਿਕਤਾ ਕਰਾਰ ਦਿੰਦਾ ਜ਼ਖਰੋਵਾ ਨੇ ਕਿਹਾ ਕਿ ਉਹ ਆਮ ਸੰਸਦੀ ਚੋਣਾਂ ਨੂੰ ਗੁੰਝਲਦਾਰ ਬਣਾਉਣ ਲਈ ਭਾਰਤ ਦੀ ਅੰਦਰੂਨੀ ਰਾਜਨੀਤਿਕ ਸਥਿਤੀ ਨੂੰ ਅਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਤਰੀਕਾ ਹੈ ਅਮਰੀਕਾ ਦੇ ਨਾਮੀ ਡਿਪਲੋਮੈਟ ਨੇ ਕਿਹਾ ਹੈ ਕਿ ਅਮਰੀਕੀ ਧਰਤੀ ਤੇ ਵੱਖਵਾਦੀ ਸਿੱਖ ਨੇਤਾ ਦੀ ਹੱਤਿਆ ਦੀ ਕਥਿਤ ਸਾਜ਼ਿਸ਼ 'ਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਦੋਸ਼ਾਂ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਭਾਰਤ ਤੋਂ ਜਿਸ ਜਵਾਬਦੇਹੀ ਦੀ ਉਮੀਦ ਕੀਤੀ ਸੀ ਉਹ ਹੁਣ ਤੱਕ ਚੁੱਕੇ ਕਦਮ ਤੋਂ ਸੰਤੁਸ਼ਟ ਹੈ ਅਮਰੀਕੀ ਸੰਗੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਚ ਭਾਰਤੀ ਨਾਗਰਿਕ ਨikhil Gupta ਤੇ Gurpatwant Singh Pannu ਦੀ ਹਤਿਆ ਦੀ ناکਾਮ ਸਾਜ਼ਿਸ਼ 'ਚ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲ ਕੇ ਦੋਸ਼ ਲਾਇਆ ਸੀ ਅੱਤਵਾਦੀਆਂ ਦੇ ਦੋਸ਼ਾਂ 'ਚ ਭਾਰਤ ਚ ਲੋੜੀਂਦੇ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਅਤਵਾਦੀ ਵਜੋਂ ਸੂਚਿਤ ਬੰਦ ਕੀਤਾ ਹੋਇਆ ਹੈ ਭਾਰਤ ਚ ਅਮਰੀਕੀ ਰਾਜਦੂਤ 에ਰਿਕ ਗਾਰਸੇਟੀ ਨੇ ਅਮਰੀਕੀ ਥਿੰਕ ਟੈਂਕ ਕਾਉਂਸਲ ਔਨ ਫੋਰਨ ਰਿਲੇਸ਼ਨਜ਼ ਵੱਲੋਂ ਕਰਵਾਏ ਸਮਾਗਮ ਦੌਰਾਨ ਕਿਹਾ ਕਿਸੇ ਵੀ ਰਿਸ਼ਤੇ 'ਚ ਉਤਰਾ ਚੜ੍ਹਾ ਆਉਂਦੇ ਨੇ ਤੇ ਇਸ ਮਾਮਲੇ 'ਚ ਇਹ ਰਿਸ਼ਤੇ ਇੱਕ ਪਹਿਲਾ ਵੱਡਾ ਟਕਰਾਅ ਹੋ ਸਕਦਾ ਹੈ ਅਤੇ ਸ਼ੁਕਰ ਹੈ ਕਿ ਅਸੀਂ ਜਿਹੋ ਜੀ ਜਵਾਬਦੇਹੀ ਦੀ ਆਸ ਕੀਤੀ ਸੀ ਪ੍ਰਸ਼ਾਸਨ ਹੁਣ ਤੱਕ ਉਸ ਤੋਂ ਸੰਤੁਸ਼ਟ ਹੈ ਇਹ ਅਮਰੀਕਾ ਤੇ ਸਾਡੇ ਨਾਗਰਿਕਾਂ ਲਈ ਮਹੱਤਵਪੂਰਨ ਹੈ ਇਹ ਅਪਰਾਧਿਕ ਮਾਮਲਾ ਹੈ ਜਿਸ ਤੇ ਮੁਕੱਦਮਾ ਚਲਾਇਆ ਗਿਆ ਹੈ ਜਿਸ ਸਰਕਾਰੀ ਤੱਤ ਸ਼ਾਮਲ ਨੇ ਤਾਂ ਜਵਾਬਦੇਹੀ ਹੋਣੀ ਚਾਹੀਦੀ ਹੈ ਅਸੀਂ ਇਸ ਜਵਾਬਦੇਹੀ ਦੀ ਉਮੀਦ ਸਿਰਫ ਆਪਣੇ ਤੋਂ ਨਹੀਂ ਭਾਰਤ ਤੋਂ ਵੀ ਕਰਦੇ ਹਾਂ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਇਜ਼ਰਾਈਲ ਨੂੰ ਮਾਰੂ ਹਥਿਆਰਾਂ ਦੀ ਸਪਲਾਈ ਨਹੀਂ ਕਰੇਗਾ ਜਿਨ੍ਹਾਂ ਨੂੰ ਰਫਾਹ ਤੇ ਹਮਲੇ ਲਈ ਵਰਤਿਆ ਜਾ ਸਕਦਾ ਹੈ ਸੀਐਨਐਨ ਨਾਲ ਇੰਟਰਵਿਊ 'ਚ ਬਾਈਡਨ ਨੇ ਕਿਹਾ ਕਿ ਅਮਰੀਕਾ ਅਜੇ ਵੀ ਇਜ਼ਰਾਈਲ ਦੀ ਰੱਖਿਆ ਪ੍ਰਤੀ ਵਚਨਬੱਧ ਹੈ ਤੇ ਉਹ ਆਇਰਨ ਡੋਮ ਰਾਕਟ ਇਨਸੈਕਪਟਰ ਅਤੇ ਹੋਰ ਹਥਿਆਰਾਂ ਦੀ ਸਪਲਾਈ ਜਾਰੀ ਰੱਖੇਗਾ ਪਰ ਜੇਕਰ ਇਜ਼ਰਾਈਲ ਨੇ ਰਫਾਹ ਤੇ ਹਮਲਾ ਕੀਤਾ ਤਾਂ ਅਮਰੀਕਾ ਉਸ ਨੂੰ ਹਥਿਆਰਾਂ ਤੇ ਗੋਲਿਆਂ ਦੀ ਸਪਲਾਈ ਨਹੀਂ ਕਰੇਗਾ ਅਮਰੀਕਾ ਨੇ ਇਜ਼ਰਾਈਲ ਨੂੰ ਵੱਡੇ ਪੱਧਰ ਤੇ ਫੌਜੀ ਸਹਾਇਤਾ ਪ੍ਰਦਾਨ ਕੀਤੀ ਹੈ ਬਾਈਡਨ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਪਿਛਲੇ ਹਫਤੇ ਉਹਨਾਂ ਇਜ਼ਰਾਈਲ ਨੂੰ ਭੇਜੇ ਜਾਣ ਵਾਲੇ ਬੰਬਾਂ ਦਾ ਜ਼ਖੀਰਾ ਰੋਕ ਲਿਆ ਸੀ ਅਮਰੀਕਾ ਨੂੰ ਖਦਸ਼ਾ ਹੈ ਕਿ ਤਮਾਕਾ ਖੇਜ਼ ਸਮਗਰੀ ਸੰਗਣੀ ਆਬਾਦੀ ਵਾਲੇ ਇਲਾਕਿਆਂ 'ਚ ਵਰਤੀ ਜਾ ਸਕਦੀ ਹੈ। ਬਾਈਡਨ ਨੇ ਕਿਹਾ ਕਿ ਇਜ਼ਰਾਈਲ ਨੇ ਰਫਾਹ ਦੇ ਆਲੇ-ਦੁਆਲੇ ਆਪਰੇਸ਼ਨ ਦੌਰਾਨ ਅਜੇ ਲਾਲਕੀਰ ਨਹੀਂ ਉਲੰਘੀ ਅਤੇ ਉਸ ਨੂੰ ਗਾਜ਼ਾ 'ਚ ਆਮ ਲੋਕਾਂ ਦੀ ਸੁਰੱਖਿਆ ਲਈ ਬਹੁਤ ਵੱਡੇ ਕਦਮ ਚੁੱਕਣ ਦੀ ਲੋੜ ਹੈ। ਰੱਖਿਆ ਮੰਤਰੀ ਲਾਇਡ ਆਸਟਨ ਨੇ ਹਥਿਆਰਾਂ ਦੀ ਸਪਲਾਈ 'ਚ ਦੇਰੀ ਦੀ ਪੁਸ਼ਟੀ ਕੀਤੀ। ਉਧਰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਸ ਕੋਲ ਦੱਖਣੀ ਗਾਜ਼ਾ 'ਚ ਮੈਡੀਕਲ ਆਪਰੇਸ਼ਨਾਂ ਲਈ ਸਿਰਫ 3 ਦਿਨ ਦਾ ਇੰਦਣ ਬਚਿਆ ਹੈ। ਰਫਾਹ ਲੰਗਾ ਬੰਦ ਹੋਣ ਕਾਰਨ ਰਾਹਤ ਸਮਗਰੀ ਗਾਜ਼ਾ ਚ ਨਹੀਂ ਪਹੁੰਚ ਰਹੀ ਉੰਜ ਇਜ਼ਰਾਈਲ ਨੇ ਕਿਹਾ ਹੈ ਕਿ ਉਹਨਾ ਕੇਰੇਮ ਸ਼ਾਲੋਮ ਲੰਗਾ ਸਮਗਰੀ ਭੇਜਣ ਲਈ ਮੁਰਦ ਤੋਂ ਖੋਲ ਦਿੱਤਾ ਹੈ ਲਿਬਨਾਨ ਦੇ ਸਰਹੱਦ ਨਾਲ ਲੱਗਦੇ ਪਿੰਡ ਚ ਇਜ਼ਰਾਈਲੀ ਡਰੋਨ ਵੱਲੋਂ ਇੱਕ ਕਾਰ ਤੇ ਕੀਤੇ ਗਏ ਹਮਲੇ ਦੌਰਾਨ ਚਾਰ ਵਿਅਕਤੀ ਮਾਰੇ ਗਏ ਇਜ਼ਰਾਈਲ ਨਾਲ ਲੱਗਦੀ ਸਰਹੱਦ ਤੇ ਪਿੰਡੇ ਪਿੰਡ ਬਫਲੀਏ ਚ ਇਹ ਹਮਲਾ ਹੋਇਆ ਹੈ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮਾਰੇ ਗਏ ਵਿਅਕਤੀ ਲਿਬਨਾਨ ਦੇ ਦੈਸ਼ ਦੀ ਗੁੱਟ ਹਿਜ਼ਬੁੱਲਾ ਦੇ ਮੈਂਬਰ ਸਨ ਜਾਂ ਨਹੀਂ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਇੰਟਰਵਿਊ 'ਚ ਅਮਰੀਕੀ ਸੈਨੇਟ ਦੀ ਸਾਬਕਾ ਸਹਿਯੋਗੀ ਅਤੇ ਵਰਕਰ ਤਾਰਾ ਰੀਡੇ ਨੇ ਰਾਸ਼ਟਰਪਤੀ ਜੋ ਬਾਈਡਨ ਤੇ 30 ਸਾਲ ਪਹਿਲਾਂ ਉਸ ਦਾ ਜਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਏ ਤੇ ਇਸ ਨੂੰ ਲੈ ਕੇ ਉਹਨਾਂ ਨੂੰ ਕਟਾਰੇ 'ਚ ਲਿਆਉਣ ਦੀ ਕੋਸ਼ਿਸ਼ਾਂ ਜਾਰੀ ਰੱਖਣ ਦੀ ਸੌਖਾਦੀ ਹੈ ਰੀਡੇ ਨੇ ਮਾਸਕੋ 'ਚ ਇੱਕ ਅਮਰੀਕੀ ਪੱਤਰਕਾਰ ਟੱਕਰ ਕਾਲਸਨ ਨੂੰ ਬੁੱਧਵਾਰ ਨੂੰ ਇੱਕ ਇੰਟਰਵਿਊ 'ਚ ਦੱਸਿਆ ਇਹ ਉਹ 30 ਸਾਲ ਪਹਿਲਾਂ ਦਸੰਬਰ 1992 ਤੋਂ ਅਗਸਤ 1993 ਤੱਕ ਜਦੋਂ ਸੈਨੇਟ ਦੇ ਦਫ਼ਤਰ 'ਚ ਇੱਕ ਮੁਲਾਜ਼ਮ ਸੀ ਉਦੋਂ ਬਾਈਡਨ ਨੇ ਉਸ ਦਾ ਸੈਕਸ ਸ਼ੋਸ਼ਣ ਕੀਤਾ ਸੀ। ਉਦੋਂ ਉਸ ਦੀ ਉਮਰ 29 ਸਾਲ ਦੀ ਸੀ। ਰੀਡੇ ਨੇ ਕਿਹਾ ਕਿ ਮੈਂ ਗੁੱਸੇ 'ਚ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਜੋ ਬਾਈਡਨ ਨੂੰ ਜਵਾਬਦੇਹ ਠਹਿਰਾਇਆ ਜਾਵੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਛੋਟੇ ਪੁੱਤਰ ਬੈਰਨ ਟਰੰਪ ਨੂੰ ਫਲੋਰੀਡਾ 'ਚ ਡੈਲੀਗੇਟ ਵਜੋਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 'ਚ ਸ਼ਾਮਲ ਹੋਣ ਲਈ ਚੁਣਿਆ ਗਿਆ। ਸੁਬਾ ਪਾਰਟੀ ਪ੍ਰਧਾਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਰਿਪਬਲਿਕਨ ਪਾਰਟੀ ਆਫ ਫਲੋਰੀਡਾ ਦੇ ਚੇਅਰਮੈਨ ਇਵਾਨ ਪਾਵਰ ਨੇ ਕਿਹਾ ਕਿ 18 ਸਾਲਾ ਬੈਰਨ 트ੰਪ ਫਲੋਰੀਡਾ ਤੋਂ ਨੈਸ਼ਨਲ ਅਸੈਂਬਲੀ ਲਈ 41 ਡੈਲੀਗੇਟਸ ਤੋਂ ਇੱਕ ਹੋਣਗੇ ਇਸ ਕਾਨਫਰੰਸ 'ਚ 트ੰਪ ਨੂੰ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦਾ ਅਧਿਕਾਰਤ ਉਮੀਦਵਾਰ ਐਲਾਨਿਆ ਜਾਵੇਗਾ ਦੇਸ਼ 'ਚ ਨਵੰਬਰ 'ਚ ਚੋਣਾਂ ਹੋਣੀਆਂ ਨੇ ਐਨਬੀਸੀ ਨਿਊਜ਼ ਨੇ ਸਭ ਤੋਂ ਪਹਿਲਾਂ ਇਹ ਖੁਲਾਸਾ ਕੀਤਾ ਸੀ ਕਿ ਬੈਰਨ 트ੰਪ ਨੂੰ ਪ੍ਰਤੀਨਿਧੀ ਬਣਾਇਆ ਜਾਵੇਗਾ ਅਮਰੀਕਾ ਦੇ ਸ਼ਿਕਾਗੋ 'ਚ ਰਹਿਣ ਵਾਲਾ 26 ਸਾਲਾ ਭਾਰਤੀ ਵਿਦਿਆਰਥੀ 2 ਮਈ ਤੋਂ ਲਾਪਤਾ ਹੈ। ਇਹ ਦੇਸ਼ 'ਚ ਇਸ ਤਰ੍ਹਾਂ ਦਾ ਨਵਾਂ ਮਾਮਲਾ ਹੈ। ਸ਼ਿਕਾਗੋ ਪੁਲਿਸ ਨੇ ਕਿਹਾ ਕਿ ਰੁਪੇਸ਼ ਚੰਦਰ ਚੰਦਾਕਿੰਡੀ ਐਨ ਸ਼ੈਰਿਡਨ ਰੋਡ ਦੇ 4300 ਬਲਾਕ ਤੋਂ ਲਾਪਤਾ ਹੋ ਗਿਆ ਹੈ। ਭਾਰਤ ਦੇ ਕੌਂਸਲਟ ਜਨਰਲ ਨੇ ਕਿਹਾ ਕਿ ਉਹ ਰੁਪੇਸ਼ ਦਾ ਪਤਾ ਲਾਉਣ ਲਈ ਪੁਲਿਸ ਤੇ ਭਾਰਤੀ ਪ੍ਰਵਾਸੀਆਂ ਦੇ ਸੰਪਰਕ 'ਚ ਨੇ। ਸ਼ਿਕਾਗੋ ਪੁਲਿਸ ਨੇ 6 ਮਈ ਨੂੰ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਵਿਦਿਆਰਥੀ ਦਾ ਕੋਈ ਵੀ ਪਤਾ ਲੱਗੇ ਤਾਂ ਜਾਣਕਾਰੀ ਦਿਓ ਇਸ ਤੋਂ ਪਹਿਲਾਂ ਵੀ ਲਾਪਤਾ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ April ਚ 1 ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਕਲੀਵਲੈਂਡ ਚ ਮ੍ਰਿਤਕ ਪਾਇਆ ਗਿਆ ਸੀ ਹైదరాబాద్ ਦੇ ਰਹਿਣ ਵਾਲੇ ਮੁਹੰਮਦ ਅਬਦੁੱਲ ਅਰਾਫਾਤ ਪਿਛਲੇ ਸਾਲ ਮਈ ਚ ਕਲੀਵਲੈਂਡ ਯੂਨੀਵਰਸਿਟੀ ਤੋਂ IT ਦੇ ਮਾਸਟਰਸ ਕਰਨ ਲਈ ਅਮਰੀਕਾ ਪੁੱਜੇ ਸਨ ਉਥੇ ਮਾਰਚ 'ਚ ਭਾਰਤ ਦੇ 34 ਸਾਲਾ ਕਲਾਸਿਕਲ ਡਾਂਸਰ ਅਮਰਨਾਥ ਘੋਸ਼ ਦੀ ਮਿਸੌਰੀ ਦੇ ਸੇਂਟ ਲੂਇਸ 'ਜੋ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿਛਲੇ ਕੁਝ ਸਾਲਾਂ 'ਚ ਚੰਨ ਤੇ ਅਸੰਭਵ ਵਰਗੇ ਪ੍ਰੋਜੈਕਟ ਸਫਲ ਹੋਏ ਨੇ। ਇਸਰੋ ਨੇ ਚੰ드ਰੀਆਨ 3 ਨੂੰ ਲੈਂਡ ਕਰਕੇ ਇਸ ਦੀ ਤਾਜ਼ਾ ਮਿਸਾਲ ਪੇਸ਼ ਕੀਤੀ ਹੈ। ਪਿਛਲੇ ਕੁਝ ਸਾਲਾਂ 'ਚ ਚੰਨ ਤੇ ਕਈ ਦੇਸ਼ਾਂ ਦੀ ਦਿਲਚਸਪੀ ਅਤੇ ਸਰਗਰਮੀ ਵਧੀ ਹੈ। ਹੁਣ ਅਮਰੀਕੀ ਪੁਲਾੜ ਏਜੰਸੀ NASA ਚੰਨ ਤੇ ਇੱਕ ਅਸੰਭਵ ਮਿਸ਼ਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ NASA ਸਫਲ ਹੋ ਜਾਂਦਾ ਹੈ ਤੇ ਮਨੁੱਖਾਂ ਲਈ ਚੰਨ ਤੇ ਤੁਰਨਾ ਸੰਭਵ ਹੋ ਜਾਵੇਗਾ। NASA ਚੰਨ ਤੇ ਰੇਲਵੇ ਲਾਈਨ ਵਿਛਾਉਣ ਦੇ ਪ੍ਰੋਜੈਕਟ ਤੇ ਕੰਮ ਕਰ ਰਿਹਾ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਮੂਨ ਐਕਸਪ੍ਰੈਸ ਨੂੰ ਸੰਭਵ ਬਣਾਉਣ 'ਚ ਲੱਗੀ ਹੋਈ ਹੈ ਹਾਲਾਂਕਿ ਨਾਸਾ ਦਾ ਇਹ ਪ੍ਰੋਜੈਕਟ ਇਸ ਸਮੇਂ ਇੱਕ ਸਾਇੰਸ ਫਿਕਸ਼ਨ ਫਿਲਮ ਵਰਗਾ ਲੱਗਦਾ ਹੈ ਕਲਪਨਾ ਨੂੰ ਹਕੀਕਤ 'ਚ ਬਦਲਣ ਤੇ ਤੁਲੀ ਹੋਈ ਨਾਸਾ ਦੀ ਟੀਮ ਚੰਨ ਤੇ ਰੇਲਵੇ ਲਾਈਨ ਲਈ ਵੀ ਫੰਡ ਇਕੱਠਾ ਕਰ ਰਹੀ ਹੈ ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਇਹ ਮਨੁੱਖਤਾ ਦੇ ਇਤਿਹਾਸ 'ਚ ਇੱਕ ਮੀਲ ਪੱਥਰ ਸਾਬਤ ਹੋਵੇਗਾ ਆਪਣੇ ਪ੍ਰੋਜੈਕਟ ਬਾਰੇ ਗੱਲ ਕਰਦੇ ਹੋਏ ਨਾਸਾ ਦੇ ਵਿਗਿਆਨੀ ਜੌਨ ਨੈਲਸਨ ਇਸ ਨੂੰ ਵਿਗਿਆਨ ਦਾ ਚਮਤਕਾਰ ਮੰਨਦੇ ਨੇ ਉਨਾ ਮੁਤਾਬਕ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਇਹ ਮਿਸ਼ਨ ਪੂਰਾ ਹੋਵੇਗਾ ਪਰ ਭਵਿੱਖ 'ਚ ਚੰਨ ਤੇ ਰੇਲ ਪ੍ਰੋਜੈਕਟ ਕਿਸੇ ਦਿਨ ਐਰੋਸਪੇਸ ਮਿਸ਼ਨ ਦਾ ਹਿੱਸਾ ਬਣ ਸਕਦਾ ਹੈ ਇਸ ਪ੍ਰੋਜੈਕਟ 'ਚ ਚੰਨ ਤੇ ਰੇਲਵੇ ਲਾਈਨ ਵਿਛਾਉਣ ਤੋਂ ਇਲਾਵਾ ਮੰਗਲ ਗ੍ਰਹਿ ਤੇ ਮਨੁੱਖਾਂ ਅਤੇ ਵਸਤੂਆਂ ਦੇ ਤਬਾਦਲੇ ਲਈ ਅਤ ਆਧੁਨਿਕ ਪ੍ਰਣਾਲੀ ਵਿਕਸਿਤ ਕੀਤੀ ਜਾਣੀ ਹੈ ਇਹ ਨਾਸਾ ਪ੍ਰੋਜੈਕਟ ਇਨੋਵੇਟਿਵ ਐਡਵਾਂਸਡ ਕਨਸੈਪਟਸ ਪ੍ਰੋਗਰਾਮ ਦਾ ਹਿੱਸਾ ਨੇ ਅਜਿਹੇ ਕੁੱਲ 6 ਪ੍ਰੋਜੈਕਟ ਚੱਲ ਰਹੇ ਨੇ ਵਾਸ਼ਿੰਗਟਨ 'ਚ ਨਾਸਾ ਦੇ ਮੁਖੀ ਜੌਨ ਨੈਲਸਨ NIAC ਪ੍ਰੋਗਰਾਮ ਬਾਰੇ ਕਹਿੰਦੇ ਨੇ ਇਸ ਪ੍ਰੋਜੈਕਟ ਤੇ ਕੰਮ ਕਰ ਰਿਹਾ ਸਾਡੇ ਸਾਥੀ ਵਿਗਿਆਨੀਆਂ ਦੀਆਂ ਨਜ਼ਰਾਂ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੈ ਤੇ ਉਹ ਇਹ ਕਹੇ ਕਿ ਕੋਈ ਵੀ ਕੰਮ ਨਹੀਂ ਛੱਡਦੇ ਕਿ ਇਹ ਤਾਂ ਨਹੀਂ ਕੀਤਾ ਜਾ ਸਕਦਾ ਜਾਂ ਇਹ ਹੈ ਇੱਕ ਅਸੰਭਵ ਕੰਮ ਟੈਨੇਸੀ ਸੂਬੇ 'ਚ ਵਾਪਰ ਇੱਕ ਸੜਕ ਹਾਦਸੇ 'ਚ ਗੁਜਰਾਤੀ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਤੇ ਇਸ ਪਰਿਵਾਰ ਦੇ 4 ਮੈਂਬਰਾਂ ਸਮੇਤ 5 ਲੋਕ ਜ਼ਖਮੀ ਹੋ ਗਏ ਇਹ ਹਾਦਸਾ ਰਾਤ 10 ਵਜੇ ਦੇ ਕਰੀਬ ਮੈਰੀਓਨ ਕਾਉਂਟੀ ਟੈਨੇਸੀ ਸੂਬੇ 'ਚ ਹਾਈਵੇ 41 ਤੇ ਵਾਪਰਿਆ ਇਸ ਹਾਦਸੇ ਚ ਦੋ ਵਾਹਨ ਆਹਮੋ ਸਾਹਮਣੇ ਟਕਰਾ ਗਿਆ ਜਿਸ ਵਿੱਚ ਇੱਕ ਗੁਜਰਾਤੀ ਪ੍ਰਵਾਸ ਦੇ ਚਾਰ ਮੈਂਬਰ ਅਤੇ ਮੈਰੀਓਨ ਕਾਉਂਟੀ ਦੇ ਡਿਪਟੀ ਸਮੇਤ ਪੰਜ ਲੋਕ ਜ਼ਖਮੀ ਹੋ ਗਏ ਗੁਜਰਾਤੀ ਮੂਲ ਦਾ ਕਾਰ ਚਾਲਕ ਰੋਡ ਦੀ ਸੈਂਟਰ ਲਾਈਨ ਨੂੰ ਪਾਰ ਕਰ ਰਿਹਾ ਸੀ ਅਤੇ ਡਿਪਟੀ ਦੀ ਗਸ਼ਤੀ ਕਾਰ ਨੂੰ ਉਸ ਨੇ ਸਿੱਧੀ ਟੱਕਰ ਮਾਰ ਦਿੱਤੀ ਜਿਸ ਵਿੱਚ ਕਾਰ ਸਵਾਰ ਗੁਜਰਾਤੀ ਭਾਰਤੀ ਪ੍ਰਵਾਦੇ ਸ਼ੈਰਫ ਦਫਤਰ ਦੇ ਡਿਪਟੀ ਸਮੇਤ ਪੰਜ ਲੋਕ ਜ਼ਖਮੀ ਹੋ ਗਏ ਤੇ ਗੁਜਰਾਤੀ ਮੂਲ ਦੀ ਇੱਕ ਔਰਤ ਦੀ ਮੌਤ ਹੋ ਗਈ ਅਮਰੀਕੀ ਮੀਡੀਆ ਦੀਆਂ ਰਿਪੋਰਟਸ ਅਨੁਸਾਰ ਹਾਦਸਾ ਗ੍ਰਸਤ ਹੋਈ ਟੋਇਟਾ ਕਾਰ ਨੂੰ ਭਾਰਤੀ ਗੁਜਰਾਤੀ ਰਮੇਸ਼ ਕੁਮਾਰ ਪਟੇਲ ਚਲਾ ਰਿਹਾ ਸੀ ਜੋ ਹਾਈਵੇ ਦੇ ਲਾਈਨ ਨੂੰ ਬਰਕਰਾਰ ਰੱਖਣ 'ਚ ਅਸਫਲ ਰਿਹਾ ਜਿਸ ਵਿੱਚ ਸ਼ਰੀਫ ਦਫ਼ਤਰ ਦੇ ਡਿਪਟੀ ਟੀਮ ਕੈਸ਼ ਦੇ ਵਾਹਨ ਨਾਲ ਉਸਨੇ ਸਿੱਧੀ ਟੱਕਰ ਮਾਰ ਦਿੱਤੀ ਜਿਸ ਵਿੱਚ ਉਹ ਵੀ ਜ਼ਖਮੀ ਹੋ ਗਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ